ਕਰੀਏ ਭੈਣ ਜੀ ਸ਼ਗਨ ਸ਼ੁਰੂ। ਹਾਂਜੀ ਹਾਂਜੀ ਭੈਣ ਜੀ ਕਰੋ ਸ਼ੁਰੂ। ਇਹ ਸਭ ਕੀ ਹੋ ਰਿਹਾ? ਮੈਂ ਤਾਂ ਸਿੰਮੀ ਲਈ ਹਾਂ ਕਰੀ ਸੀ, ਪਰ ਮੰਮੀ ਡੈਡੀ ਨਵੀਂ ਦਾ ਸ਼ਗਨ ਕਿਉਂ ਕਰੀ ਜਾ ਰਹੇ ਨੇ? ਬੁਲਾਓ ਭੈਣ ਜੀ ਬੇਟੀ ਨੂੰ। ਹਾਂਜੀ ਸ਼ਗਨ ਸ਼ੁਰੂ। ਹਾਂਜੀ ਹਾਂਜੀ ਬੁਲਾਉਂਦੇ ਆ। ਲੈ ਭੈਣ ਜੀ ਆ ਗਈਆਂ, ਆ ਜਾਓ, ਤੁਹਾਨੂੰ ਉਡੀਕਦੇ ਸੀਗੇ। ਕਰੀਏ ਭੈਣ ਜੀ ਸ਼ਗਨ ਸ਼ੁਰੂ। ਹਾਂਜੀ ਹਾਂਜੀ ਭੈਣ ਜੀ ਕਰੋ ਸ਼ੁਰੂ। ਸ਼ੁਭ ਕੰਮ ਚ ਦੇਰੀ ਕਾਹਦੀ? ਇਹਦਾ ਮਤਲਬ ਮੰਮੀ ਸਿਮਰ ਲਈ ਨਵੀਂ ਦੀਦੀ ਰਿਸ਼ਤੇ ਦੀ ਗੱਲ ਕਰ ਰਹੀ ਸੀ, ਨਾ ਕਿ ਮੇਰੀ। ਇਸਦਾ ਮਤਲਬ ਨਵੀਂ ਦੀ ਵੀ ਸਿਮਰਨ ਨੂੰ ਪਿਆਰ ਕਰਦੇ ਨੇ। ਇਹ ਸਭ ਕੀ ਹੋ ਰਿਹਾ? ਮੈਂ ਤਾਂ ਸਿੰਮੀ ਲਈ ਹਾਂ ਕਰੀ ਸੀ, ਪਰ ਮੰਮੀ ਡੈਡੀ ਨਵੀਂ ਦਾ ਸ਼ਗਨ ਕਿਉਂ ਕਰੀ ਜਾ ਰਹੇ ਨੇ? ਮੈਨੂੰ ਲੱਗਦਾ ਇਹਨਾਂ ਨੂੰ ਕੋਈ ਬਹੁਤ ਵੱਡੀ ਗਲਤ ਫਹਿਮੀ ਹੋ ਗਈ। ਉੱਤੋਂ ਯਾਰ ਸਿੰਮੀ ਵੀ ਨਹੀਂ ਮੈਨੂੰ ਕੁਛ ਬੋਲਣ ਦੇ ਰਹੀ, ਮੈਨੂੰ ਕੁਛ ਨਾ ਕੁਛ ਕਰਨਾ ਪੈਣਾ। ਮੰਮੀ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਬੇ ਪੁੱਤ ਖੜ ਜਾ, ਮੈਨੂੰ ਆਪਣੀ ਨੂੰਹ ਦੇ ਸ਼ਗਨ ਕਰ ਲੈਣ ਦੇ। ਵਿੱਚ ਨਹੀਂ ਬੋਲੀਂਦਾ ਹੁੰਦਾ, ਵਿੱਚ ਬੋਲੇ ਅਪਸ਼ਗਨ ਹੁੰਦਾ। ਪਰ ਮੰਮੀ ਮੇਰੀ ਗੱਲ ਤਾਂ ਸੁਣ ਲੈ, ਮੈਂ ਜ਼ਰੂਰੀ ਗੱਲ ਕਰਨੀ ਆ। ਬੇ ਪੁੱਤ ਮੈਨੂੰ ਪਤਾ ਤੇਰੀਆਂ ਜ਼ਰੂਰੀ ਗੱਲਾਂ ਦਾ, ਹੁਣ ਮੈਨੂੰ ਆਪਣੀ ਨੂੰਹ ਦੇ ਸ਼ਗਨ ਕਰ ਲੈਣ ਦੇ। ਤੇਰੀਆਂ ਗੱਲਾਂ ਤਾਂ ਸੁਣਦੀ ਆਈਆਂ, ਨਾਲੇ ਗੱਲਾਂ ਦਾ ਕੀ ਹੈ, ਉਹ ਤਾਂ ਆਪਾਂ ਘਰੇ ਜਾ ਕੇ ਵੀ ਕਰ ਲਾਂਗੇ। ਭੈਣ ਜੀ ਸਿਮਰ ਦੀ ਗੱਲ ਸੁਣ ਲਓ, ਹੋ ਸਕਦਾ ਕੋਈ ਜ਼ਰੂਰੀ ਗੱਲ ਹੋਵੇ। ਉਹ ਭੈਣ ਜੀ ਇਹਦੀਆਂ ਜ਼ਰੂਰੀ ਗੱਲਾਂ ਦਾ ਤਾਂ ਮੈਨੂੰ ਪਤਾ ਹੈ, ਇਹਨੇ ਬਸ ਹੁਣ ਐਂ ਕਹਿਣਾ ਹੈ, ਮੰਮੀ ਤੁਸੀਂ ਰਾਣੋ ਆਂਟੀ ਨਾਲ ਗੱਲ ਕਰਕੇ ਨਾ ਬਸ ਸ਼ਗਨ ਦੀ ਥਾਂ 'ਤੇ ਚੁੰਨੀ ਚੜ੍ਹਾ ਕੇ ਆਪਾਂ ਨਵੀਂ ਨੂੰ ਘਰ ਲੈ ਚੱਲਦੇ। ਸਾਰੇ ਰਸਤੇ ਗੱਡੀ ਦੇ ਵਿੱਚ ਚੁੰਨੀ ਚੜ੍ਹਾਵਾ ਕਹਿ ਕੇ ਸਾਡਾ ਸਿਰ ਦੁਖਣ ਲੱਗਾ। ਹੁਣ ਤੁਸੀਂ ਆਪ ਹੀ ਸਿਆਣੇ ਹੋ ਭੈਣ ਜੀ, ਜੇ ਆਪਾਂ ਚੁੰਨੀ ਚੜ੍ਹਾਵਾ ਕਰ ਲਿਆ ਤਾਂ ਆਪਣੇ ਧੀਆਂ ਪੁੱਤਾਂ ਦੇ ਚਾਅ ਤਾਂ ਆਪਣੇ ਅੰਦਰ ਹੀ ਰਹਿ ਜਾਣਗੇ ਨਾ। ਨਾਲੇ ਤੁਹਾਨੂੰ ਤਾਂ ਪਤਾ ਧੀਆਂ ਪੁੱਤਾਂ ਦੇ ਵਿਆਹਾਂ ਦੇ ਮਾਂ ਬਾਪ ਨੂੰ ਕਿੰਨੇ ਚਾਅ ਹੁੰਦੇ ਨੇ। ਪੁੱਤ ਅੱਜ ਕੱਲ੍ਹ ਤਾਂ ਮਾਡਰਨ ਜ਼ਮਾਨਾ ਹੈ, ਅਤੇ ਜਦੋਂ ਤੈਨੂੰ ਨਵੀਂ ਦੀ ਯਾਦ ਆਇਆ ਕਰੂਗੀ ਉਹ ਫੋਨ ਫਾਨ 'ਤੇ ਗੱਲ ਕਰ ਲਿਆ ਕਰੀ। ਜੇ ਫੋਨ 'ਤੇ ਗੱਲ ਕਰਕੇ ਵੀ ਮਨ ਨਾ ਭਰਿਆ ਪੁੱਤ, ਫਿਰ ਆਹ ਜਿਹੜੀਆਂ ਅੱਜ ਕੱਲ੍ਹ ਵੀਡੀਓ ਕਾਲ ਜੀ ਕਰਦੇ ਨੇ, ਵੀਡੀਓ ਕਾਲ ਕਰ ਲਿਆ ਕਰੀ, ਤੈਨੂੰ ਫੋਟੋਆਂ ਦਿਸ ਜਾ ਕਰਨਗੀਆਂ। ਹਾਂਜੀ ਭੈਣ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ, ਸਿਮਰ ਪੁੱਤ ਮੇਰੇ ਤਾਂ ਨਵੀਂ ਦੇ ਵਿਆਹ ਨੂੰ ਲੈ ਕੇ ਬਹੁਤ ਚਾਹ ਨੇ। ਮੈਂ ਤਾਂ ਆਪਣੀ ਧੀ ਦਾ ਵਿਆਹ ਗੱਜ ਵੱਜ ਕੇ ਕਰੂੰਗੀ। ਜਿੱਥੇ ਸਿਮਰ ਇੰਨੀ ਦੇਰ ਠਹਿਰਾਂ ਪੁੱਤ, ਥੋੜ੍ਹੀ ਦੇਰ ਹੋਰ ਰੁੱਕ ਜਾ। ਜੇ ਪੁੱਤ ਨਵੀਂ ਦੀ ਫੇਰ ਵੀ ਯਾਦ ਆਵੇ ਤੂੰ ਘਰ ਆ ਜਾ ਕਰੀ ਮਿਲਣਾ, ਤੇਰਾ ਆਪਣਾ ਘਰ ਹੈ। ਲੈ ਪੁੱਤ ਮੁੰਦਰੀ ਪਾ ਦੋ। ਪਾ ਪੁੱਤ ਸ਼ਗਨ ਪਾ।
ਵਧਾਈਆਂ ਭੈਣ ਜੀ। ਤੁਸੀਂ ਵੀ ਵਧੋ ਭੈਣ ਜੀ। ਸਿੰਮੀ ਪੁੱਤ ਤੂੰ ਦੋਨਾਂ ਦੀ ਫੋਟੋ ਕਰਦੇ ਖਿੱਚ ਫੋਟੋ। ਸਿੰਮੀ ਸੱਚੀ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਤੈਨੂੰ ਪਤਾ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਮੈਨੂੰ ਇੰਨੇ ਪਿਆਰ ਕਰਨ ਵਾਲਾ ਮੁੰਡਾ ਮਿਲੂਗਾ, ਅਤੇ ਸਭ ਹੋਇਆ ਸਿਰਫ ਤੇਰੇ ਕਰਕੇ। ਮੇਰੇ ਕਰਕੇ? ਹਾਂ ਤੇਰੇ ਕਰਕੇ। ਤੂੰ ਉਸ ਦਿਨ ਮੈਨੂੰ ਜ਼ਬਰਦਸਤੀ ਬਾਜ਼ਾਰ ਲੈ ਕੇ ਗਈ ਸੀ ਨਾ, ਜੇ ਤੂੰ ਮੈਨੂੰ ਉਸ ਦਿਨ ਜ਼ਬਰਦਸਤੀ ਬਾਜ਼ਾਰ ਨਾ ਲੈ ਕੇ ਜਾਂਦੀ, ਨਾ ਆਪਣਾ ਉਹਦੇ ਨਾਲ ਐਕਸੀਡੈਂਟ ਹੁੰਦਾ, ਨਾ ਆਪਾਂ ਨੂੰ ਮਿਲਦੇ, ਅਤੇ ਨਾ ਮੈਨੂੰ ਸਿਮਰ ਨਾਲ ਪਿਆਰ ਹੁੰਦਾ, ਅਤੇ ਜੇ ਅੱਜ ਮੇਰਾ ਸ਼ਗਨ ਪਿਆ ਸਿਰਫ ਤੇਰੇ ਕਰਕੇ। ਮੇਰੀ ਜ਼ਿੰਦਗੀ 'ਚ ਜਿੰਨੀਆਂ ਵੀ ਖੁਸ਼ੀਆਂ ਆਈਆਂ ਨੇ ਸਿਰਫ ਤੇਰੇ ਕਰਕੇ ਆਈਆਂ ਨੇ। ਰੱਬ ਤੇਰੇ ਵਰਗੀ ਭੈਣ ਸਭ ਨੂੰ ਦੇਵੇ। ਲਵ ਯੂ ਸੋ ਮੱਚ। ਰੱਬਾ ਮੇਰੀ ਨਵੀਂ ਨੂੰ ਹਮੇਸ਼ਾ ਇੱਦਾਂ ਹੀ ਖੁਸ਼ ਰੱਖੇ। Simmer red hot. ਸਿੰਮੀ ਵੀ ਪਾਗਲ ਆ, ਪਹਿਲਾਂ ਉੱਥੇ ਮੈਨੂੰ ਕੁਛ ਬੋਲਣ ਨਹੀਂ ਦਿੱਤਾ ਅਤੇ ਹੁਣ ਫੋਨ ਨਹੀਂ ਚੱਕ ਰਹੀ। ਯਾਰ ਤੂੰ ਫੋਨ ਤਾਂ ਚੱਕ ਲਾ। ਦੱਸ ਸੂਟ ਤਾਂ ਸੁੱਖ ਨਾਲ ਬਥੇਰੇ ਪਏ ਨੇ ਸੋਹਣੇ। ਨਵੀਂ ਚੱਲ ਚੰਗਾ ਹੋਇਆ ਪੁੱਤ ਤੂੰ ਆ ਗਈ। ਦੇਖੀ ਮੈਂ ਕੁਛ ਸੂਟ ਕੱਢੇ ਨੇ, ਤੂੰ ਦੇਖ ਲੈ ਕਿਹੜੇ ਕਿਹੜੇ ਪਸੰਦ ਨੇ ਤੈਨੂੰ ਪੁੱਤ। ਮੰਮੀ ਸੂਟ ਤਾਂ ਸਾਰੇ ਸੋਹਣੇ ਨੇ, ਸਮਝ ਨਹੀਂ ਆਉਂਦਾ ਕਿਹੜਾ ਰੱਖਾਂ ਅਤੇ ਕਿਹੜਾ ਛੱਡਾਂ। ਲੈ ਧੀਏ ਜੇ ਤੈਨੂੰ ਸਾਰੇ ਪਸੰਦ ਨੇ ਤੂੰ ਸਾਰੇ ਹੀ ਰੱਖ ਲੈ, ਸੂਟ ਕੀ ਤੇਰੇ ਨਾਲ ਪਿਆਰੇ ਨੇ। ਠੀਕ ਆ ਦਿਖਾ ਦੇ ਕਿੰਨਾ ਸੋਹਣਾ ਡਿਜ਼ਾਇਨ ਹੈ, ਸਾਰੇ ਰੱਖਣੇ ਨੇ ਧੀਏ ਸਾਰੇ ਰੱਖ ਲੈ। ਸੂਟ ਤਾਂ ਸੁੱਖ ਨਾਲ ਆਪਣੇ ਘਰੇ ਬਥੇਰੇ ਪਏ ਨੇ। ਕੀ ਹੋਇਆ, ਰੋ ਕਿਉਂ ਰਹੀ ਹੈ? ਨਹੀਂ ਦੀ ਕੁਛ ਨਹੀਂ ਹੋਇਆ। ਕੁਛ ਤਾਂ ਹੋਇਆ, ਤੂੰ ਦੱਸ ਮੈਨੂੰ, ਤੈਨੂੰ ਕਿਸੇ ਨੇ ਕੁਛ ਕਿਹਾ? ਨਹੀਂ ਦੀ ਕਿਸੇ ਨੇ ਕੁਛ ਨਹੀਂ ਕਿਹਾ, ਮੈਂ ਤਾਂ ਬਸ ਇਹ ਸੋਚ ਕੇ ਰੋ ਰਹੀ ਸੀ ਕਿ ਜਦ ਤੁਸੀਂ ਚਲੇ ਜਾਓਗੇ ਤਾਂ ਮੇਰਾ ਦਿਲ ਕਿਵੇਂ ਲੱਗੂਗਾ। ਰਹਿ ਕਮਲੀ, ਦੱਸ ਮੈਂ ਕਨੇਡਾ ਚੱਲੀ ਹਾਂ, ਇੱਥੇ ਹਾਂ, ਜਦੋਂ ਤੇਰਾ ਜੀ ਕਰੇ ਕਰ ਤੂੰ ਮੈਨੂੰ ਮਿਲਣ ਆ ਜਾਇਆ ਕਰੀ। ਐਵੇਂ ਰੋਇਆ ਨਾ ਕਰ ਕਮਲੀ। ਵਾਓ ਰੱਬਾ, ਸੋਚਿਆ ਕੀ ਸੀ ਅਤੇ ਹੋ ਕੀ ਗਿਆ, ਕੀ ਕਰਤਾ ਤੂੰ ਇਹ, ਕੀ ਕਰਾਂ ਮੈਂ ਹੁਣ। ਮੈਂ ਕਰਦਾ, ਮੰਮੀ ਨੂੰ ਜਾ ਕੇ ਸਭ ਸੱਚ ਦੱਸ ਦਿੰਦਾ। ਕੋਈ ਗੱਲਬਾਤ ਕਰ,
ਤੇਰੇ ਨਾਲ ਗੱਲ ਕਰਦੀ ਆ ਮੇਰੀ ਜੁੱਤੀ। ਸਾਹਿਬ ਜੀ, ਅੱਜ ਰਾਣੋ ਦੀ ਵੱਡੀ ਕੁੜੀ ਨਵੀ ਦਾ ਸ਼ਗਨ ਸੀ। ਸ਼ਗਨ ਕਿਹਦੇ ਨਾਲ? ਨਵੀ ਕਿੱਥੇ ਆ? ਮੈਂ ਉਹਨੂੰ ਆਪਣੇ ਦੋਨਾਂ ਬਾਰੇ ਸਭ ਦੱਸਣ ਆਇਆ। ਪਰ ਦੱਸਣਾ ਕਿਉਂ ਆ? ਨਵੀ ਦੇ ਤੈਨੂੰ ਬਹੁਤ ਪਿਆਰ ਕਰਦੇ ਨੇ। ਉਹ ਤੇ ਫਿਰ ਮੇਰੇ ਪਿਆਰ ਦਾ ਕੀ? ਮੈਂ ਵੀ ਤਾਂ ਪਿਆਰ ਕਰਦਾ ਆ। ਹਾਂਜੀ ਦੋਸਤੋ, ਕਿੱਦਾਂ ਲੱਗਿਆ ਤੁਹਾਨੂੰ ਐਪੀਸੋਡ 5? ਉਮੀਦ ਕਰਦਾ ਵਧੀਆ ਲੱਗਿਆ ਹੋਊਗਾ। ਵਧੀਆ ਲੱਗਿਆ ਤਾਂ ਹੁਣ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਆ। ਅਗਲੇ ਐਪੀਸੋਡ ਬਹੁਤ ਕਾਇਮ ਆਉਣੇ ਨੇ ਅਤੇ ਅੱਗੇ ਬਹੁਤ ਜ਼ਿਆਦਾ ਨਵੇਂ ਕਰੈਕਟਰ ਇੰਟਰੋਡਿਊਸ ਹੋਣੇ ਨੇ, ਉਹ ਵੀ ਤੁਹਾਨੂੰ ਵਧੀਆ ਲੱਗਣਗੇ। ਅੱਗੇ ਬੜਾ ਸਸਪੈਂਸ ਆ, ਸੋ ਸਟੋਰੀ ਦੇ ਨਾਲ ਬਣੇ ਰਹੋ ਅਤੇ ਜ਼ਿਆਦਾ ਤੋਂ ਜ਼ਿਆਦਾ ਕਮੈਂਟਸ ਕਰੋ ਯਾਰ, ਕਮੈਂਟਸ 'ਚ ਧੱਕ ਪਾ ਦਿਓ ਪੂਰੀ। ਘੱਟੋ ਘੱਟ 2500 ਕਮੈਂਟ ਮੈਂ ਇਸ ਵੀਡੀਓ 'ਤੇ ਸੇਮ ਕਰਦਾ ਹਾਂ। 2500 ਕਮੈਂਟ ਤੁਹਾਡੇ ਲਈ ਕੋਈ ਜ਼ਿਆਦਾ ਨਹੀਂ ਹੈਗਾ, ਇੰਨੀ ਆਡੀਅੰਸ ਦੇਖਦੀ ਆ। ਸੋ 2500 ਕਮੈਂਟ ਜਲਦੀ ਜਲਦੀ ਕਰ ਦਿਓ, ਫਿਰ ਫਟਾਫਟੇ ਚੱਕ ਦਿਓ ਅਤੇ ਮੈਂ ਅਗਲਾ ਐਪੀਸੋਡ ਲੈ ਕੇ ਜਲਦੀ ਆ ਰਿਹਾ, ਫਰਾਈਡੇ ਨੂੰ ਆ ਰਿਹਾ। ਸੋ ਧੱਕ ਪਾ ਦਿਓ ਪੂਰੀ, ਲਾਈਕ ਕਰ ਦਿਓ, ਨਾਲ ਕਮੈਂਟ ਕਰ ਦਿਓ, ਧੱਕ ਪਾ ਦਿਓ। ਅਤੇ ਜਿਹੜੇ ਨਵੇਂ ਯੂਜ਼ਰ ਆਏ ਆ ਉਹਨਾਂ ਦਾ ਵੈਲਕਮ ਆ ਇਸ ਚੈਨਲ ਦੇ ਉੱਤੇ। ਤੁਸੀਂ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ, ਤੁਹਾਨੂੰ ਬਹੁਤ ਵਧੀਆ ਕੰਟੈਂਟ ਦੇਖਣ ਨੂੰ ਮਿਲੂਗਾ। ਜੇ ਤੁਸੀਂ ਪਹਿਲੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਪਹਿਲੀਆਂ ਵੀਡੀਓਜ਼ ਵੀ ਦੇਖੋ, ਤੁਸੀਂ ਬੇਵਫਾ ਸੀਰੀਜ਼ ਦੇਖੋ, ਖਾਸ ਕਰਕੇ ਸ਼ਰੀਕ ਸੀਰੀਜ਼ ਦੇਖੋ, ਤੁਹਾਨੂੰ ਵਧੀਆ ਲੱਗੂਗੀ। ਪਿਆਰ ਬਣਾਈ ਰੱਖੋ, ਮਿਲਦੇ ਹਾਂ ਤੁਹਾਨੂੰ ਅਗਲੇ ਐਪੀਸੋਡ। ਸਤਿ ਸ਼੍ਰੀ ਅਕਾਲ।